ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਜਿਵੇਂ ਕਿ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਪਤਾ ਹੈ ਆਪਣੇ ਪੰਜਾਬ ਦੇ ਵਿੱਚ افਸੀਆਈ ਵਾਚਮੈਨ ਦੀਆਂ ਲਗਭਗ 800 ਪਲੱਸ ਵੈਕਾਂਸੀਆਂ ਆਊਟ ਕੀਤੀਆਂ ਗਈਆਂ ਸਨ ਸੋ ਸਾਰੇ ਹੀ ਵਿਦਿਆਰਥੀ ਇਹੀ ਉਡੀਕ ਵਿੱਚ ਸਨ ਕਿ ਆਖਿਰਕਾਰ ਇਹਨਾਂ ਦੇ ਐਡਮਿਟ ਕਾਰਡ ਕਦੋਂ ਆਊਟ ਕੀਤੇ ਜਾਣਗੇ ਜਾਂ ਜਿਹੜਾ ਐਗਜ਼ਾਮ ਹੈ ਉਹ ਕਦੋਂ ਲਿਆ ਜਾਵੇਗਾ ਸੋ ਫਾਈਨਲੀ ਜਿਹੜਾ ਤੁਹਾਡਾ ਇੰਤਜ਼ਾਰ ਹੈ ਉਹ ਸਮਾਪਤ ਹੋ ਚੁੱਕਿਆ ਹੈ एग्जाम ਦੀ ਜਿਹੜੀ ਡੇਟ ਹੈ ਉਸ ਨੂੰ ਅਨਾਉਂਸ ਕਰ ਦਿੱਤਾ ਗਿਆ ਹੈ ਇਸ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕੀਤੀ ਜਾਵੇਗੀ एग्जाम ਤੁਹਾਡਾ ਕਦੋਂ ਹੋਵੇਗਾ ਐਂਡ ਜਿਹੜੇ ਐਡਮਿਟ ਕਾਰਡ ਹਨ ਉਹ ਤੁਸੀਂ ਕਿਵੇਂ ਡਾਊਨਲੋਡ ਕਰ ਸਕਦੇ ਹੋ ਸੋ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਣਾ ਐਂਡ ਜਿਹੜੇ ਸਟੂਡੈਂਟ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤੋਂ ਇਲਾਵਾ ਆਪਾਂ افਸੀਆਈ ਫੌਜ ਮਨ ਇਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ ਲਗਭਗ 2000 ਪਲੱਸ ਐਮਸੀਕਿਊ ਰੈਡੀ ਕੀਤੇ ਹਨ ਠੀਕ ਹੈ ਪੰਜਾਬੀ ਮੀਡੀਅਮ ਵਿੱਚ ਜੀਕੇ ਦੇ ਐਮਸੀਕਿਊ ਹੋਣਗੇ 2000 ਪਲੱਸ ਐਂਡ ਇਹਨਾਂ ਦੀ ਜਿਹੜੀ ਫੀਸ ਹੈ ਉਹ ਰਹੇਗੀ 400 ਜੇਕਰ ਤੁਸੀਂ ਆਪਣੇ ਕੋਲ ਇਹ ਐਮਸੀਕਿਊ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਵਟਸਐਪ ਮੈਸੇਜ ਕਰਨਾ ਹੈ 95173 4454 ਇਸ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਦੇ ਥਰੂ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਇੰਡੀਅਨ ਹਿਸਟਰੀ ਇੰਡੀਅਨ ਪੋਲੀਟੀਕਲ ਐਂਡ ਕੰਪਲੀਟ ਪੰਜਾਬ ਜੀਕੇ ਕਵਰ ਹੋਵੇਗੀ ਤਾਂ ਲਗਭਗ ਇਹ ਹੀ ਸਿਲੇਬਸ ਹੈ ਆਪਣੇ ਆਪ ਸੇ ਵੀ ਆਜ ਮੰਨਦਾ ਤਾਂ ਤੁਸੀਂ ਆਪਣੀ ਜਿਹੜੀ ਜੀਕੇ ਹੈ ਉਸ ਨੂੰ ਸਟਰੋਂਗ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਕੋਲੋਂ ਨੋਟਸ ਲੈ ਲੈਂਦੇ ਹੋ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਆਪਣੇ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰਨੇ ਹਨ ਤੇ ਜਿਹੜੀ ਐਗਜ਼ਾਮ ਹੈ ਉਹ ਡੇਟ एग्जाम ਦੀ ਜਿਹੜੀ ਡੇਟ ਹੈ ਉਹ ਕਦੋਂ ਅਨਾਉਂਸ ਕੀਤੀ ਗਈ ਹੈ ਯਾਨੀ ਕਿ ਜਿਹੜਾ ਤੁਹਾਡਾ एग्जाम ਹੈ ਕਦੋਂ ਲਿਆ ਜਾਵੇਗਾ ਪਹਿਲਾਂ ਤੁਸੀਂ ਕੋਈ ਵੀ ਬ੍ਰਾਊਜ਼ਰ ਓਪਨ ਕਰਨਾ ਹੈ ਇੱਥੇ ਮੈਂ ਕ੍ਰੋਮ ਬ੍ਰਾਊਜ਼ਰ ਓਪਨ ਕਰ ਰੱਖਿਆ ਹੈ ਤਾਂ ਫਿਰ ਤੁਸੀਂ ਸਰਚ ਬਾਕਸ ਵਿੱਚ ਸਰਚ ਕਰਨਾ ਹੈ اف سی ای واچਮਾਨ ایڈಮಿਟ ਕਾਰਡ ਠੀਕ ਹੈ ਐਦਾਂ ਤੁਸੀਂ ਕੁਝ ਸਰਚ ਕਰ ਦੇਣਾ ਤੁਹਾਡੇ ਸਾਹਮਣੇ ਕੁਝ ਐਵੇਂ ਦਾ ਇੰਟਰਫੇਸ ਸ਼ੋ ਹੋਵੇਗਾ ਤਾਂ ਫਸਟ ਤੇ ਜਿਹੜਾ ਮੈਂਸ਼ਨ ਕੀਤਾ ہوا ਹੈ اف سی ای ਪੰਜਾਬ ਰਿਕਰੂਟਮੈਂਟ ਤਾਂ ਇੱਥੇ ਤੁਸੀਂ ਕਲਿੱਕ ਕਰ ਦੇਣਾ ਫਿਰ ਤੁਹਾਡੇ ਸਾਹਮਣੇ ਕੁਝ ਐਵੇਂ ਦਾ ਇੰਟਰਫੇਸ ਸ਼ੋ ਹੋਵੇਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਲੇਟੈਸਟ ਨਿਊਜ਼ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲੇਟੈਸਟ ਨਿਊਜ਼ ਜਿਹੜੀ ਆਪਣੇ ਸਾਹਮਣੇ ਆ ਰਹੀ ਹੈ ਤਾਂ ਰਿਟਨ ਜਿਹੜਾ ਐਗਜ਼ਾਮ ਹੈ ਤੁਹਾਡਾ ਉਹ 9 10 2022 ਨੂੰ ਲਿਆ ਜਾਵੇਗਾ ਸੰਡੇ ਵਾਲੇ ਦਿਨ ਯਾਨੀ ਕਿ 9 ਅਕਤੂਬਰ ਐਤਵਾਰ ਵਾਲੇ ਦਿਨ ਜਿਹੜਾ ਤੁਹਾਡਾ ਐਗਜ਼ਾਮ ਹੈ ਉਹ ਲਿਆ ਜਾਵੇਗਾ ਐਡਮਿਟ ਕਾਰਡ ਜਿਹੜੇ ਹਨ ਉਹ ਤੁਹਾਡੇ ਵੀ ਆਊਟ ਕਰ ਦਿੱਤੇ ਜਾਣਗੇ ਲਗਭਗ ਐਗਜ਼ਾਮ ਡੇਟ ਤੋਂ 15 ਦਿਨ ਪਹਿਲਾਂ ਜਿਹੜੇ ਤੁਹਾਡੇ ਐਡਮਿਟ ਕਾਰਡ ਹਨ ਉਹ ਆਊਟ ਕਰ ਦਿੱਤੇ ਜਾਣਗੇ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਿਵੇਂ ਕਰਨੇ ਹਨ ਇੱਥੇ ਤੁਸੀਂ ਦੇਖ ਸਕਦੇ ਹੋ ਲੌਗਇਨ ਹੇਰ ਇੱਥੇ ਤੁਸੀਂ ਆਪਣਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਉਹ ਫਿਲ ਕਰਨਾ ਹੈ ਇੱਥੇ ਤੁਸੀਂ ਆਪਣਾ ਪਾਸਵਰਡ ਫਿਲ ਕਰਨਾ ਹੈ ਜਦੋਂ ਤੁਸੀਂ ਪਾਸਵਰਡ ਤੇ ਰਜਿਸਟ੍ਰੇਸ਼ਨ ਨੰਬਰ ਫਿਲ ਕਰ ਦਿੰਦੇ ਹੋ ਫਿਰ ਤੁਸੀਂ ਕੈਪਚਾ ਜਿਹੜਾ ਉਸ ਨੂੰ ਫਿਲ ਕਰਨਾ ਹੈ ਤਾਂ ਲੌਗਇਨ ਹੇਰ ਤੇ ਕਲਿੱਕ ਕਰ ਦੇਣਾ ਤਾਂ ਤੁਹਾਡੀ ਜਿਹੜੀ ਆਈਡੀ ਆ ਲੌਗਇਨ ਹੋ ਚੋਵੇਗੀ ਅੱਗੇ ਤੁਹਾਨੂੰ ਆਪੇ ਸਮਝ ਲੱਗ ਜਾਵੇਗੀ ਕਿ ਜਿਹੜੇ ਐਡਮਿਟ ਕਾਰਡ ਹਨ ਉਹ ਕਿਵੇਂ ਡਾਊਨਲੋਡ ਕਰਨੇ ਹਨ ਬਾਕੀ ਜੇਕਰ ਤੁਸੀਂ ਪਾਸਵਰਡ ਭ ਜਾਂ ਤੁਹਾਡੇ ਕੋਲ ਜਿਹੜੀ ਰਜਿਸਟ੍ਰੇਸ਼ਨ ਆਈਡੀ ਹੈ ਉਹ ਨਹੀਂ ਹੈਗੀ ਤਾਂ ਫਿਰ ਤੁਸੀਂ ਇਸ ਨੂੰ ਫੋਰਗਟ ਵੀ ਕਰ ਸਕਦੇ ਹੋ ਇਹ ਇੱਥੇ ਚੀਜ਼ ਮੈਂਸ਼ਨ ਕੀਤੀ ہوئی ਹੈ ਜੇਕਰ ਤੁਸੀਂ ਭੁੱਲ ਗਏ ਹੋ ਤਾਂ ਬਾਕੀ ਜਦੋਂ ਐਡਮਿਟ ਕਾਰਡ ਆਊਟ ਹੁੰਦੇ ਹਨ ਤਾਂ ਉਹ ਵੀ ਇੱਕ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਪਰ ਪ੍ਰੋਵਾਈਡ ਕੀਤੀ ਜਾਵੇਗੀ ਕਿ ਤੁਸੀਂ ਆਪਣੇ ਜਿਹੜੇ ਐਡਮਿਟ ਕਾਰਡ ਹਨ ਉਹ ਕਿਵੇਂ ਡਾਊਨਲੋਡ ਕਰ ਸਕਦੇ ਹੋ ਬਾਕੀ ਜਿਹੜਾ ਪਾਸਵਰਡ ਹੈ ਪਾਸਵਰਡ ਹੈ ਤਾਂ ਉਸ ਨੂੰ ਤੁਸੀਂ ਕਿਵੇਂ ਫੋਰਗਟ ਕਰ ਸਕਦੇ ਹੋ ਇਹ ਵੀ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਜਦੋਂ ਐਡਮਿਟ ਕਾਰਡ ਆਊਟ ਹੋਣਗੇ ਬਾਕੀ ਜੇਕਰ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਇਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਨਾ ਹੈ WhatsApp ਦੇ ਥਰੂ ਤਾਂ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਨੋਟਸ ਰਿਗਾਰਡਿੰਗ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਸੋ ਇਹ ਸੀਗੀ ਇੱਕ ਮਹੱਤਵਪੂਰਨ ਨਿਊਜ਼ ਸੋ ਵੀਡੀਓ ਨੂੰ ਤੁਸੀਂ ਵਾਤਵਾਦ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹਰੇਕ ਵਿਦਿਆਰਥੀ ਕੋਲ ਬਿਲਕੁਲ ਸਹੀ ਇਨਫੋਰਮੇਸ਼ਨ ਪਹੁੰਚ ਸਕੇ ਤਾਂ ਜਿਹੜਾ ਤੁਹਾਡਾ ਐਗਜ਼ਾਮ ਹੈ ਉਹ ਲਿਆ ਚੋਵੇਗਾ ਨਵਾਂ ਡੇਟ ਇਹ ਚੀਜ਼ ਇੱਥੇ ਮੈਂਸ਼ਨ ਕਰ ਦਿੱਤੀ ਗਈ ਹੈ ਤੁਸੀਂ ਖੁਦ ਦੇਖ ਸਕਦੇ ਹੋ ਇਸ ਤੋਂ ਇਲਾਵਾ ਵੀਡੀਓ ਜਿਹੜਾ ਐਗਜ਼ਾਮ ਹੈ ਤੁਹਾਨੂੰ ਪਤਾ 8 ਅਕਤੂਬਰ ਨੂੰ ਹੋਵੇਗਾ ਤੇ ਅਗਲੇ ਦਿਨ ਹੀ ਜਿਹੜਾ ਐਪਸੀ ਵਾਚਮੈਂਟ ਦਾ ਜਿਹੜਾ ਐਗਜ਼ਾਮ ਹੈ ਉਹ ਉਹ ਆਜ ਆਪੇਗਾ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਦੇ ਵਿੱਚੋਂ ਥੈਂਕ ਯੂ